ਪਿਛਲੇ ਕੁਝ ਦਿਨਾਂ ਤੋਂ ਮੂਸੇ ਪਿੰਡ 'ਚ ਪਿੰਡ ਵਾਲਿਆਂ ਦਾ ਅਤੇ ਸੰਤ ਬਾਬਾ ਰਾਜਵਿੰਦਰ ਸਿੰਘ ਘਰਾਣੇ ਵਾਲਿਆਂ ਦਾ ਵਿਵਾਦ ਚੱਲ ਰਿਹਾ ਹੈ, ਜਿਸ ਦੌਰਾਨ ਪਿੰਡ ਦੇ ਲੋਕ ਇਕੱਠੇ ਹੋ ਕੇ ਘਰਾਂਗਣੇ ਵਾਲਿਆਂ ਵੱਲੋਂ ਪਿੰਡ 'ਚ ਖੋਲ੍ਹੀ ਗਈ ਅਕੈਡਮੀ ਦਾ ਦਰਵਾਜ਼ੇ ਦਾ ਜਿੰਦਰਾ ਤੋੜ ਕੇ ਉੱਥੋਂ ਗੁਰੂ ਗ੍ਰੰਥ ਸਾਹਿਬ ਹੀ ਲੈ ਕੇ ਆਏ ਸਨ, ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਇਸ ਸਭ ਵਿਵਾਦ ਬਾਰੇ ਹੁਣ ਮੂਸੇ ਪਿੰਡ ਦੇ ਵਸਨੀਕ ਅਤੇ ਸਿੱਧੂ ਮੂਸੇਵਾਲਾ ਪਰਿਵਾਰ ਦੇ ਕਰੀਬੀ ਕੁਲਦੀਪ ਮੂਸਾ ਨੇ ਲਾਈਵ ਆ ਕੇ ਸਾਰੀ ਕਹਾਣੀ ਦੱਸੀ ਹੈ ਕਿ ਇਹ ਵਿਵਾਦ ਕਿਵੇਂ ਅਤੇ ਕਿਉਂ ਸ਼ੁਰੂ ਹੋਇਆ ਅਤੇ ਸੰਤ ਬਾਬਾ ਰਾਜਵਿੰਦਰ ਸਿੰਘ ਵੱਲੋਂ ਬਲਕੌਰ ਸਿੰਘ ਦਾ ਨਾਮ ਕਿਉਂ ਲਿਆ ਗਿਆ। ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ। ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਇਹ ਮਸਲਾ ਹੈ ਸਾਡੇ ਪਿੰਡ ਦਾ ਮੂਸੇ ਦਾ ਮਸਲਾ ਹੈ, ਇਹਦੇ ਬਾਰੇ ਦੱਸਦਾ। ਮਸਲਾ ਹੈ ਕਿ ਸਾਡੇ ਪਿੰਡ 2014-13 ਦੇ ਵਿੱਚ 13 ਜਾਂ 14 ਦੇ ਵਿੱਚ ਬਾਬਾ ਰਾਜਵਿੰਦਰ ਸਿੰਘ ਜੀ ਘਰਾਂਗਣੇ ਵਾਲੇ ਇਹ ਸਾਡੇ ਪਿੰਡ ਆ ਕੇ ਇਹਨਾਂ ਨੇ ਜ਼ਮੀਨ ਲੈ ਲਈ, ਪਹਿਲਾਂ ਘਰ ਬਣਾ ਲਿਆ, ਫਿਰ ਅਕੈਡਮੀ ਸ਼ੁਰੂ ਕਰ ਲਈ। ਉਸ ਤੋਂ ਬਾਅਦ ਜੋ ਇਹਨਾਂ ਦਾ ਕੰਮ ਹੈ ਧਰਮ ਪ੍ਰਚਾਰ ਦਾ, ਜਿਹੜਾ ਕਿ ਇਹ ਕਹਿੰਦੇ ਆ, ਉਹ ਵੀ ਸ਼ੁਰੂ ਕਰ ਲਿਆ। ਕੀਰਤਨ ਸ਼ੁਰੂ ਕਰਤੇ, ਨਗਰ ਕੀਰਤਨ ਸ਼ੁਰੂ ਕਰਤੇ, ਚਲੋ ਇਹ ਸਿਲਸਿਲਾ ਚੱਲਦਾ ਰਿਹਾ। ਪਰ ਨਾਲ ਨਾਲ ਜਦੋਂ ਦਾ ਬਾਬਾ ਇੱਥੇ ਆਇਆ ਉਦੋਂ ਤੋਂ ਲੈ ਕੇ ਕੋਈ ਨਾ ਕੋਈ ਵਿਵਾਦ ਜਿਹੜਾ ਇਹਨਾਂ ਨੇ ਸ਼ੁਰੂ ਕਰ ਲਿਆ ਪਿੰਡ ਦੇ ਵਿੱਚ। ਵਿਵਾਦ ਪਹਿਲਾਂ ਕਿੱਥੋਂ ਸ਼ੁਰੂ ਕੀਤਾ, ਜਦੋਂ ਆਇਆ ਸੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਤੋਂ ਲੈ ਕੇ ਜਾਂਦੇ ਸੀ ਅਤੇ ਉੱਥੇ ਆਪਣਾ ਜਿਹੜਾ ਪਾਠ ਪ੍ਰਕਾਸ਼ ਕਰਦੇ ਸੀ, ਪੂਰਨਮਾਸੀ ਅਤੇ ਪੂਰਨਮਾਸੀ 'ਤੇ ਭੋਗ ਪਾਉਂਦੇ ਸੀ ਅਤੇ ਮਹਾਰਾਜ ਛੱਡ ਆਉਂਦੇ ਸੀ। ਕੋਈ ਕਿਸੇ ਨੂੰ ਦਿੱਕਤ ਨਹੀਂ ਸੀ ਕਿਸੇ ਪ੍ਰਕਾਰ ਦੀ, ਕੋਈ ਕਿਸੇ ਪ੍ਰਕਾਰ ਦਾ ਮਸਲਾ ਨਹੀਂ ਸੀ। ਜਿਹੜੀ ਪੂਜਾ ਸੀ ਇਹ ਰੱਖ ਲੈਂਦੇ ਸੀ, ਚੱਲ ਸਾਡੇ ਪਿੰਡ ਦੇ ਵਿੱਚ ਇਹੋ ਜਿਹਾ ਕੋਈ ਮਸਲਾ ਨਹੀਂ ਹੈਗਾ ਵੀ ਲੋਕ ਇਸ ਗੱਲ 'ਤੇ ਕੋਈ ਗੱਲ ਕਰਨ। ਇਹਨਾਂ ਦਾ ਜਿਹੜਾ ਮਕਸਦ ਹੈ ਉਹ ਮੈਂ ਤੁਹਾਨੂੰ ਅੱਗੇ ਥੋੜ੍ਹਾ ਜਿਹਾ ਚਾਨਣਾ ਪਾਉਣਾ ਵੀ ਅੱਗੇ ਹੈ ਕਿ ਉਸ ਤੋਂ ਬਾਅਦ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਤਲਵੰਡੀ ਸਾਬੋ ਤੋਂ ਅਲੋਟ ਕਰਾ ਕੇ ਸਪੈਸ਼ਲ ਆਪਦਾ ਜਿਹੜਾ ਉੱਥੇ ਲਿਆ ਹੈ ਆਪਦੇ ਘਰ, ਜਿਸ 'ਤੇ ਕਿ ਸਾਡੇ ਸਾਰੇ ਪਿੰਡ ਨੂੰ ਇਤਰਾਜ਼ ਸੀ। ਇਤਰਾਜ਼ ਇਸ ਚੀਜ਼ ਦਾ ਸੀ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਅਸੀਂ ਜਵਾਬ ਹੀ ਨਹੀਂ ਦਿੰਦੇ, ਜਿੱਥੇ ਮਰਜ਼ੀ ਲੈ ਜਾਓ, ਜਿਹੜੇ ਮਰਜ਼ੀ ਘਰ ਜਾ ਕੇ ਤੁਸੀਂ ਪ੍ਰਕਾਸ਼ ਕਰੋ, ਕਿਸੇ ਦੇ ਘਰ ਤੁਸੀਂ ਭੋਗ ਪਾਉਣਾ ਭੋਗ ਪਾਓ। ਫਿਰ ਸਾਡੇ ਪਿੰਡ ਦੇ ਵਿੱਚ ਪਹਿਲੇ 4 ਗੁਰਦੁਆਰੇ ਆ, ਔਰ ਜਦੋਂ ਦਾ ਸਾਡਾ ਪਿੰਡ ਵਧਿਆ ਉਦੋਂ ਤੋਂ ਲੈ ਕੇ ਜਿਹੜੇ ਗੁਰਦੁਆਰਾ ਸਾਹਿਬ ਦੇ ਨਾਲ ਇਹਨਾਂ ਦਾ ਵਿਵਾਦ ਹੈ ਉਦੋਂ ਤੋਂ ਲੈ ਕੇ ਉਹ ਪੁਰਾਣਾ ਗੁਰੂ ਘਰ ਆ ਸਾਡੇ ਪਿੰਡ ਦਾ, ਇੱਕੋ ਇੱਕ ਗੁਰੂ ਘਰ ਆ ਜਿਹੜਾ ਪੁਰਾਣਾ ਗੁਰੂ ਘਰ ਆ। ਇਹਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਲਿਆਏ, ਉਸ ਤੋਂ ਬਾਅਦ ਰੌਲਾ ਪੈ ਗਿਆ। ਰੌਲਾ ਪੈਣ ਤੋਂ ਬਾਅਦ ਜਿਹੜਾ ਗੁਰੂ ਗ੍ਰੰਥ ਸਾਹਿਬ ਸੀਗਾ ਉਹ ਸਾਡੇ ਪਿੰਡ ਦੇ ਲੋਕ ਗੁਰੂ ਘਰ ਲੈ ਗਏ। ਉਸ ਤੋਂ ਬਾਅਦ ਇਹਦੇ ਨਾਲ ਗੱਲ ਹੋ ਗਈ, ਸਮਝੌਤਾ ਹੋ ਗਿਆ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਅਸੀਂ ਤੁਹਾਨੂੰ ਦੇ ਰਿਹਾ ਕਰਾਂਗੇ ਅਤੇ ਤੁਸੀਂ ਉਹ ਸਾਡਾ ਛੱਡ ਜਾਇਆ ਕਰੋਗੇ ਸਰਕਾਰ ਸਾਹਿਤ। ਇਹ ਕਰਦਾ ਵੀ ਇੱਦਾਂ ਹੀ ਰਿਹਾ, ਪਰ ਨਾਲ ਨਾਲ ਕਦੇ ਕਮੇਟੀ 'ਤੇ ਕੋਈ ਨਾ ਕੋਈ ਮਸਲਾ ਚੱਕ ਲੈਣਾ, ਕਦੇ ਕਮੇਟੀ ਦੀ ਸ਼ਿਕਾਇਤ ਕਰ ਦੇਣੀ ਕਿਉਂਕਿ ਅਕੈਡਮੀ ਚਲਾਉਂਦਾ ਹੈ, ਕਦੇ ਸਕੂਲ ਦੀ ਸ਼ਿਕਾਇਤ ਕਰ ਦੇਣੀ, ਕਦੇ ਕਿਸੇ ਹੋਰ ਮਸਲੇ 'ਤੇ ਸ਼ਿਕਾਇਤ ਕਰ ਦੇਣੀ। ਇਹ ਜਦੋਂ ਦਾ ਪਿੰਡ ਆਇਆ 6-7 ਸਾਲ ਦਾ, 8-9 ਸਾਲ, 10-11 ਸਾਲ ਹੋ ਗਿਆ ਮੇਰੇ ਹਿਸਾਬ ਨਾਲ, 13-14 ਚ ਆਇਆ ਤਾਂ 10 ਸਾਲ ਦੇ ਕਰੀਬ ਸਮਾਂ ਹੋ ਗਿਆ, ਕੋਈ ਨਾ ਕੋਈ ਵਿਵਾਦ ਖੜ੍ਹਾ ਕਰੀ ਰੱਖਿਆ।
ਹੁਣ ਜਿਹੜਾ ਵਿਵਾਦ ਚੱਲ ਰਿਹਾ, ਜਿਹੜਾ ਹੁਣ ਤਾਜ਼ਾ ਚੱਲ ਰਿਹਾ, ਉਹ ਘਟਨਾਕ੍ਰਮ ਕੀ ਹੈ ਉਹ ਵੀ ਮੈਂ ਦੱਸ ਦਿੰਦਾ। ਇਹ ਇੱਦਾਂ ਹੀ ਚੱਲਦਾ ਰਿਹਾ, ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਲੈ ਆਉਂਦਾ ਸੀ ਅਤੇ ਛੱਡ ਆਉਂਦਾ ਸੀ। ਜਿਹੜੀ ਪੂਜਾ ਹੁੰਦੀ ਸੀ ਉਹ ਇਹ ਰੱਖ ਲੈਂਦਾ ਸੀ, ਪਰ ਪਿਛਲੇ 3 ਮਹੀਨੇ ਤੋਂ ਇਹ ਗੁਰੂ ਗ੍ਰੰਥ ਸਾਹਿਬ ਲੈ ਆਇਆ, ਇਹ ਕਹਿ ਕੇ ਵੀ ਅਸੀਂ ਪਾਠ ਪ੍ਰਕਾਸ਼ ਕਰਨਾ ਜੀ, ਅਤੇ 2 ਦਿਨਾਂ ਬਾਅਦ ਅਸੀਂ ਜਿਹੜਾ ਮਹਾਰਾਜ ਜੀ ਨੂੰ ਛੱਡ ਜਾਂਗੇ। 2 ਦਿਨ ਦਾ ਕਹਿ ਕੇ 3 ਮਹੀਨੇ ਇਹ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਨਹੀਂ ਛੱਡ ਕੇ ਗਿਆ। 3-4 ਵਾਰ ਕਮੇਟੀ ਵਾਲੇ ਗਏ, ਸੁਨੇਹਾ ਲਾਇਆ ਕਿ ਭਾਈ ਗੁਰੂ ਸਾਹਿਬ ਨੂੰ ਛੱਡ ਜਾਓ, ਬਹੁਤ ਟਾਈਮ ਹੋ ਗਿਆ। ਪਰ ਇਹ ਗੁਰਦੁਆਰਾ ਨਵਾਂ ਗੁਰਦੁਆਰਾ ਬਣਾਉਣ ਦੀ ਰੀਤ ਨਾਲ ਇਸ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਨੂੰ ਤਾਲੇ ਲਾ ਦੇ, 4 ਸਵੇਰੇ ਤਾਲੇ ਲਾ ਕੇ ਅੰਦਰ ਰੱਖਣ ਲੱਗ ਗਿਆ। ਅਤੇ ਆ ਬਾਹਰ ਚੱਲ ਜਾਂਦਾ ਸੀ, ਮਿਲਦਾ ਨਹੀਂ ਸੀ। ਅਤੇ ਪਿੰਡ ਵਾਲਿਆਂ ਨੂੰ ਇਹ ਸੀ ਵੀ ਜੇ ਕੋਈ ਘਟਨਾਕ੍ਰਮ ਉੱਥੇ ਇਸ ਦੇ ਸਕੂਲ ਜਿਹੜੀ ਅਕੈਡਮੀ ਆ ਉਹਦੇ ਵਿੱਚ ਹੋ ਗਿਆ ਤਾਂ ਉਹ ਗੁਰੂ ਗ੍ਰੰਥ ਸਾਹਿਬ ਜਿਹੜਾ ਪਿੰਡ ਦੀ ਕਮੇਟੀ ਦੇ ਨਾਮ ਹੈ, ਗੁਰਦੁਆਰਾ ਸਾਹਿਬ ਦੇ ਨਾਮ ਹੈ, ਤਾਂ ਸਾਰਾ ਪਿੰਡ ਉਹਦੇ ਵਿੱਚ ਫਸੂਗਾ। ਪਿੰਡ ਵਾਲਿਆਂ ਨੇ ਬਹੁਤ ਰਿਕੁਐਸਟ ਕੀਤੀ ਪਰ ਇਹ ਬਾਬਾ ਜੀ ਨਹੀਂ ਮੰਨੇ। ਉਸ ਤੋਂ ਬਾਅਦ ਕੀ ਹੁੰਦਾ, ਪਿੰਡ ਵਾਲੇ ਇਕੱਠੇ ਹੋ ਕੇ ਆਉਂਦੇ ਆ, ਸਾਰੇ ਪਿੰਡ ਦਾ ਇਕੱਠ ਰੱਖਿਆ ਜਾਂਦਾ। ਇਕੱਠ ਦੇ ਵਿੱਚ ਸਾਡੇ ਪਿੰਡੋਂ ਮਿਸਤਰੀ ਸਿੰਘ ਆ ਵਿਚਾਰਾ, ਕਿਉਂਕਿ ਪਿੰਡ ਦਾ ਲਾਗੀ ਹੈ, ਉਹਨੂੰ ਸਾਰਿਆਂ ਨੇ ਕਿਹਾ ਵੀ ਐਂ ਕਰਕੇ ਆਪਾਂ ਨੂੰ ਜਾਣਾ ਭਾਈ, ਅਤੇ ਪਰ ਉਹ ਗੁਰੂ ਗ੍ਰੰਥ ਸਾਹਿਬ ਤਾਲੇ ਦੇ ਵਿੱਚ ਜਿਹੜਾ ਰੱਖੇ ਹੋਏ ਆ, ਤਾਲੇ ਲੱਗੇ ਹੋਏ ਆ 4 ਸਵੇਰੇ, ਆਪਾਂ ਨੂੰ ਜੇ ਉਹਨੇ ਚਾਬੀਆਂ ਨਾ ਦਿੱਤੀਆਂ ਤਾਂ ਤਾਲੇ ਤੋੜਨੇ ਪੈਣੇ। ਲਾਗੀ ਹੈ ਪਿੰਡ ਦਾ ਹੁਕਮ ਸਿਰ ਮੱਥੇ ਹੁੰਦਾ, ਉਹ ਵਿਚਾਰਾ ਚੱਲ ਗਿਆ। ਜਦੋਂ ਕਿ 70-80 ਬੰਦੇ ਇਹਦੇ ਨਾਲ, ਉਹਦੇ ਨਾਲ ਹੋਰ ਵੀ ਸੀ, ਉੱਥੇ ਜਾ ਕੇ ਜਿਹੜੀ ਗੱਲ ਹੋਈ ਆ ਉਹਦੇ ਬਾਰੇ ਤਕਰੀਬਨ ਸਾਰਿਆਂ ਨੂੰ ਪਤਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਤਾਲਿਆਂ ਦੇ ਵਿੱਚ ਇਹਨਾਂ ਨੇ ਰੱਖਿਆ ਹੋਇਆ ਸੀ, ਉਹਨੂੰ ਆਜ਼ਾਦ ਕਰਾ ਕੇ ਲਿਆਏ। ਹੁਣ ਜਿਹੜਾ ਉਸ ਤੋਂ ਬਾਅਦ ਹੋਇਆ, ਉਸ ਤੋਂ ਬਾਅਦ ਇਹਨਾਂ ਨੇ ਦਰਖਾਸਤ ਦਿੱਤੀ। ਦਰਖਾਸਤ ਇਕੱਲੀ ਜਿਹੜੀ ਦਿੱਤੀ ਹੈ, ਉਹ ਜਿਹੜਾ ਗਰੀਬ ਬੰਦਾ ਹੈ, ਜਿਹੜਾ ਕੁਛ ਕਰ ਨਹੀਂ ਸਕਦਾ, ਕਿਉਂਕਿ ਹਮੇਸ਼ਾ ਝੁਕਦੇ ਵੱਲ ਜਿਹੜਾ ਹੁੰਦਾ ਹੈ ਉੱਧਰ ਹੀ ਵਾਰ ਕੀਤਾ ਜਾਂਦਾ, ਤਕੜੇ ਵੱਲ ਇਹ ਵਾਰ ਨਹੀਂ ਕਰਦੇ। ਬਾਬਾ ਜੀ ਨੇ, ਸਤਿਕਾਰਯੋਗ ਸੰਤ ਜੀ ਨੇ, ਉਹ ਇਕੱਲੇ ਦਾ ਨਾਮ ਲਿਖਾ ਕੇ ਉਹਦੇ 'ਤੇ ਪਰਚਾ ਕਰਵਾਤਾ, ਜਦੋਂ ਕਿ ਸਾਰਾ ਪਿੰਡ ਸੀ, ਪਰਚਾ ਕਰਾਉਣਾ ਸੀ ਤਾਂ ਬਾਬਾ ਜੀ ਨੇ ਸਾਰੇ ਪਿੰਡ 'ਤੇ ਕਰਾਉਣਾ ਸੀ। ਉਸ ਤੋਂ ਬਾਅਦ ਜਦੋਂ ਇਹ ਸਾਰੀ ਘਟਨਾਕ੍ਰਮ ਹੋ ਗਈ ਹੈ, ਉਸ ਤੋਂ ਬਾਅਦ ਜਿਹੜਾ ਮੈਂ ਇਸ ਮਸਲੇ ਦੇ ਵਿੱਚ ਆਇਆ, ਜਿਹੜਾ ਮੇਰਾ ਅੱਜ ਲਾਈਵ ਹੋਣ ਦਾ ਮਕਸਦ ਹੈ, ਮੈਂ ਹੁਣ ਉਹ ਅੱਗੇ ਤੁਹਾਨੂੰ ਉਹ ਦੱਸਦਾ। ਉਸ ਤੋਂ ਬਾਅਦ ਮੈਂ ਇਸ ਮਸਲੇ ਦੇ ਵਿੱਚ ਆਇਆ, ਮੈਂ ਕਮੈਂਟ ਕੀਤੇ ਆ, ਅਤੇ ਬਾਬਾ ਜੀ ਨੂੰ ਬੜਾ ਦੁੱਖ ਉਸ ਚੀਜ਼ ਦਾ ਲੱਗਿਆ। ਹੁਣ ਬਾਬਾ ਜੀ ਮੈਂ ਤੁਹਾਡੇ ਸਵਾਲਾਂ ਦੇ ਜਿਹੜੇ ਆ ਉਹ ਜਵਾਬ ਦੇਣ ਲੱਗਿਆ, ਥੋੜ੍ਹਾ ਜਿਹਾ ਸੁਣ ਲਿਓ। ਤੁਹਾਨੂੰ ਕਿਹਾ ਵੀ ਸੀ ਵੀ ਜੇ ਲਾਈਵ ਦੇ ਵਿੱਚ ਆਉਣਾ ਤਾਂ ਤੁਸੀਂ ਲਾਈਵ 'ਚ ਆ ਜਿਓ, ਬਾਕੀ ਇਦੂ ਬਾਅਦ ਜਦੋਂ ਵੀ ਤੁਸੀਂ ਲਾਈਵ ਆਉਂਗੇ, ਜਾਂ ਤੁਸੀਂ ਤਾਂ ਖੈਰ ਵੀਡੀਓ ਪਾਉਣੇ ਹੋ, ਲਾਈਵ ਨਹੀਂ ਆਉਂਦੇ, ਵੀਡੀਓ ਬਣਾ ਕੇ ਪਾਉਣੇ ਹੋ, ਪਰ ਮੈਂ ਲਾਈਵ ਹਮੇਸ਼ਾ ਲਾਈਵ ਹੀ ਗੱਲ ਕਰਦਾ, ਮੈਂ ਕਦੇ ਗਲਤ ਕੰਮ ਨਹੀਂ ਕਰਦਾ। ਜਦੋਂ ਵੀ ਤੁਸੀਂ ਕੋਈ ਵੀਡੀਓ ਪਾਓਗੇ, ਤੁਹਾਡਾ ਜਵਾਬ ਮੈਂ ਲਾਈਵ ਦੇ ਵਿੱਚ ਦਿਊਂਗਾ। ਮੈਂ ਪਿੰਡ ਮੂਸਾ ਦਾ ਰਹਿਣ ਵਾਲਾ, ਠੀਕ ਹੈ, ਮੈਂ ਹੁਣ ਥੋੜ੍ਹੇ ਸਾਲਾਂ ਤੋਂ ਬਾਹਰ ਕੰਮ ਹੋਣ ਕਰਕੇ ਬਾਹਰ ਆਉਂਦਾ ਜਾਂਦਾ ਅਤੇ ਮਾਨਸਾ ਰਹਿੰਦਾ, ਪਰ ਮੇਰਾ ਬਚਪਨ ਤੋਂ ਲੈ ਕੇ 30 ਸਾਲ ਦੀ ਉਮਰ ਤੱਕ ਮੈਂ ਪਿੰਡ ਮੂਸੇ ਰਿਹਾ। ਅਤੇ ਉਸ ਗੁਰੂ ਘਰ, ਜਿਹੜੇ ਗੁਰੂ ਘਰ ਨਾਲ ਤੁਸੀਂ ਵਿਵਾਦ ਖੜ੍ਹਾ ਕੀਤਾ, ਉਹਦੀ ਇਕੱਲੀ ਇਕੱਲੀ ਇੱਟ ਮੈਂ ਆਪਦੇ ਹੱਥੀਂ ਲਾਈ ਹੈ। 3 ਸਾਲ ਮੈਂ ਉਸ ਗੁਰੂ ਘਰ ਦੇ ਵਿੱਚ ਆਪ ਬੱਠਲ ਚੱਕ ਕੇ
ਮਜ਼ਦੂਰੀ ਕਰਕੇ ਉਹ ਜਿਹੜਾ ਗੁਰੂ ਘਰ ਹੈ ਉਹ ਬਣਵਾਇਆ, ਜਿਸ ਗੁਰੂ ਘਰ ਨਾਲ ਤੁਸੀਂ ਅੱਜ ਮੱਥਾ ਲਾਇਆ, ਜਿਹਨੂੰ ਤੁਸੀਂ ਕਹਿੰਦੇ ਹੋ ਇਹਨਾਂ ਨੂੰ ਗੁਰਮਰਿਆਦਾ ਨਹੀਂ ਆਉਂਦੀ, ਜਿਹੜਾ ਕਿ ਜਦੋਂ ਸਾਡਾ 200 ਸਾਲ ਹੋ ਗਏ ਪਿੰਡ ਮੱਝੇ ਨੂੰ, 200 ਸਾਲ ਤੋਂ ਸਾਡੇ ਪਿੰਡਿਆਂ ਨੂੰ ਮਰਿਆਦਾ ਵੀ ਪਤਾ। ਬਾਬਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਉਂਦੇ ਸੀ, ਸਤਿਕਾਰ ਸਾਹਿਬ ਲੈ ਕੇ ਆਉਂਦੇ ਸੀ, ਸਤਿਕਾਰ ਸਾਹਿਬ ਤੁਸੀਂ ਵਾਪਸ ਘਰ ਆਉਂਦੇ ਸੀ, ਜਦੋਂ ਕਿ ਵਿਵਾਦ ਵੀ ਤੁਸੀਂ ਕੋਈ ਨਾ ਕੋਈ ਕਮੇਟੀ ਦੇ ਵਿੱਚ ਖੜ੍ਹਾ ਰੱਖਦੇ ਸੀ, ਫਿਰ ਵੀ ਤੁਹਾਨੂੰ ਕਿਸੇ ਨੇ ਮਨ੍ਹਾ ਨਹੀਂ ਕੀਤਾ, ਕਿਉਂਕਿ ਗੁਰੂ ਦੇ ਸਿੱਖ ਨੂੰ ਗੁਰਦੁਆਰੇ ਆਉਣ ਤੋਂ ਕਦੇ ਕੋਈ ਮਨ੍ਹਾ ਨਹੀਂ ਕਰਦਾ ਹੁੰਦਾ। ਪਰ ਤੁਸੀਂ ਕਿਉਂਕਿ ਤੁਸੀਂ ਇੱਕ ਕਮਰਸ਼ੀਅਲ ਸੰਤ ਹੋ, ਕਮਰਸ਼ੀਅਲ ਸੰਤ ਜਿਹੜਾ ਹੁੰਦਾ ਉਹਦਾ ਕੰਮ ਹੁੰਦਾ, ਤੁਹਾਨੂੰ ਪਤਾ ਹੀ ਹੈ, ਮੈਂ ਜ਼ਿਆਦਾ ਦੱਸੂੰਗਾ ਤਾਂ ਉਹਦੇ ਵੱਖਰੀ ਗੱਲ ਹੋ ਜਾਣੀ ਹੈ। ਤੁਸੀਂ ਕਮਰਸ਼ੀਅਲ ਸੰਤ ਹੋ, ਤੁਹਾਡਾ ਮਕਸਦ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਪੂਜਾ ਇਕੱਠੀ ਕਰਨੀ ਹੁੰਦੀ ਹੈ, ਪੂਜਾ ਹੁੰਦੀ ਹੈ, ਜਿਹੜਾ ਅਸੀਂ ਮੱਥਾ ਟੇਕਦੇ ਹਾਂ ਤੁਸੀਂ ਉਹ ਰੱਖਣੀ ਹੁੰਦੀ ਹੈ। ਹੁਣ ਤੁਸੀਂ ਗਾਂ ਮੈਨੂੰ ਕਹਿਣਾ ਵੀ ਇਹ ਸਾਬਤ ਕਰੋ, ਗੁਰਦੁਆਰੇ ਵਾਲੀ ਗੱਲ ਮੈਂ ਬਾਅਦ 'ਚ ਸਾਬਤ ਕਰਦਾ, ਮੈਂ ਪਹਿਲਾਂ ਸਾਬਤ ਕਰਦਾ ਤੁਹਾਡੇ ਨਾਲ। ਜਦੋਂ ਤੁਹਾਡਾ ਮਸਲਾ ਸਾਡੇ ਪਿੰਡ ਇਸ ਗੁਰੂ ਘਰ ਨਾਲ ਪਹਿਲਾਂ ਵੀ ਹੋਇਆ ਸੀ, ਤਾਂ ਤੁਸੀਂ ਸਾਡੇ ਵਿਹੜੇ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਹੈ, ਮਜ਼੍ਹਬੀ ਸਿੰਘਾਂ ਦਾ ਗੁਰਦੁਆਰਾ ਸਾਡੇ ਬਣਿਆ ਹੋਇਆ, ਉਸ ਗੁਰੂ ਘਰ ਦੇ ਵਿੱਚੋਂ ਮਹਾਰਾਜ ਜੀ ਲੈ ਕੇ ਆਉਂਦੇ ਰਹੇ ਹੋ, ਤੁਸੀਂ 2-3 ਵਾਰ ਲੈ ਕੇ ਆਏ ਹੋ, ਦੋਨੇ ਤਿੰਨੇ ਵਾਰ ਕੀ ਹੋਇਆ ਕਿ ਉਹਨਾਂ ਦੇ ਜਿਹੜੇ ਗੁਰੂ ਘਰ ਦੇ ਆਪਦੇ ਨਿਯਮ ਨੇ, ਉਹਨਾਂ ਨੇ ਇਹ ਕੀਤਾ ਹੋਇਆ ਵੀ ਕੋਈ ਵੀ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਊਗਾ ਤਾਂ ਉਹਦੀ ਜਿਹੜੀ ਪੂਜਾ ਹੈ ਉਹ ਗੁਰਦੁਆਰਾ ਸਾਹਿਬ ਆਊਗੀ, ਕਿਉਂਕਿ ਉਹਨਾਂ ਕੋਲ ਸਾਧਨ ਨਹੀਂ ਹੈ ਕੋਈ ਕਮਾਈ ਦਾ, ਵਧੀਆ ਗੱਲ ਵੀ ਹੈ। ਉਹ ਜਦੋਂ ਤੁਸੀਂ ਆਪਦਾ ਪ੍ਰੋਗਰਾਮ ਕਰਦੇ ਸੀ, ਕਰਨ ਤੋਂ ਬਾਅਦ ਮਹਾਰਾਜ ਜੀ ਨੂੰ ਛੱਡ ਕੇ ਆਉਣਾ ਆਉਂਦਾ ਸੀ ਗੁਰੂ ਘਰ, ਉਸ ਤੋਂ ਪਹਿਲੇ ਉਹਨਾਂ ਦਾ ਸਿੰਘ ਉਹਨਾਂ ਦਾ ਨਾਲ ਆਉਂਦਾ ਸੀ, ਉਹ ਪੂਜਾ ਸਾਰੀ ਇਕੱਠੀ ਕਰਕੇ ਆਪਦੀ ਲਿਫਾਫੇ 'ਚ ਪਾ ਕੇ ਗੁਰੂ ਘਰ ਲੈ ਜਾਂਦਾ ਸੀ। ਇਸ ਕਰਕੇ ਤੁਸੀਂ ਉਸ ਗੁਰੂ ਘਰੋਂ ਗੁਰੂ ਮਹਾਰਾਜ ਜੀ ਨੂੰ ਲੈ ਕੇ ਆਉਣਾ ਬੰਦ ਕਰਤਾ, ਤੁਸੀਂ ਗੁਰਦੁਆਰਾ ਬਣਾਉਣ ਦੀ ਚਾਹਤ ਦੇ ਨਾਲ, ਗੁਰੂ ਘਰ ਬਣਾਉਣ ਦੀ ਚਾਹਤ ਦੇ ਨਾਲ, ਨਹੀਂ ਹੋਰ ਤੁਹਾਡਾ ਕੋਈ ਮਕਸਦ ਨਹੀਂ ਹੈ, ਗੁਰੂ ਘਰ ਬਣਾਉਣ ਦੀ ਚਾਹਤ ਦੇ ਨਾਲ ਤੁਸੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਲੇ ਲਾ ਕੇ ਆਪਣੇ ਸਕੂਲ ਜਾਂ ਅਕੈਡਮੀ ਜਾਂ ਗੁਰੂ ਘਰ ਅਸੀਂ ਕਹਿ ਦਿੰਦੇ ਜੇ ਤੁਸੀਂ ਉੱਥੇ ਨਿਸ਼ਾਨ ਸਾਹਿਬ ਲਾ ਦਿੰਦੇ, ਔਰ ਉਹ ਦਿਨ ਦੂਰ ਨਹੀਂ ਸੀ ਜਿਸ ਦਿਨ ਤੁਸੀਂ ਉੱਥੇ ਨਿਸ਼ਾਨ ਸਾਹਿਬ ਲਾ ਦੇਣਾ ਸੀ। ਬਾਬਾ ਜੀ ਜਦੋਂ ਤੁਸੀਂ ਸਾਡੇ ਪਿੰਡ ਦੇ ਵਿੱਚ ਨਹੀਂ ਸੀ, ਮੈਂ ਬਚਪਨ ਮੇਰਾ ਜਨਮ ਇੱਥੇ ਹੋਇਆ, 30 ਸਾਲ ਦੀ ਉਮਰ ਤੱਕ ਮੈਂ ਇੱਥੇ ਰਿਹਾ, ਸਾਡੇ ਪਿੰਡ ਦੇ ਵਿੱਚ ਕਿਸੇ ਹੋਰ ਧਰਮ ਨੂੰ ਮੰਨਣ ਵਾਲਾ ਕੋਈ ਨਹੀਂ ਸੀ। ਅੱਜ ਸਾਡੇ ਪਿੰਡ ਦੇ ਵਿੱਚ 250 ਦੇ ਕਰੀਬ ਈਸਾਈ ਧਰਮ ਨੂੰ ਮੰਨਦੇ ਆ, ਸਾਡੇ ਪਿੰਡ ਦੇ ਵਿੱਚ ਡੇਰੇ ਨੂੰ ਵੀ 20-30 ਘਰ ਮੰਨਦੇ ਹੋਣੇ, ਸਾਡੇ ਪਿੰਡ ਦੇ ਵਿੱਚ ਕਿਤੇ ਹੋਰ ਵੀ ਕਿਸੇ ਡੇਰੇ ਜਾਂ ਕਿਸੇ ਸੰਸਥਾ ਨੂੰ ਮੰਨਦੇ ਹੋਣੇ ਕਿਸੇ ਨਾਲ, ਕਿਉਂਕਿ ਪਿੱਛੇ ਜੇ ਡੇਰੇ ਦਾ ਬਹੁਤ ਵੱਡਾ ਵਿਵਾਦ ਚੱਲਿਆ, ਸਾਡਾ ਪਿੰਡ ਐਡਾ ਏਕੇ ਵਾਲਾ ਪਿੰਡ ਸੀਗਾ, ਕਿਸੇ ਵੀ ਵਿਵਾਦ ਦੇ ਵਿੱਚ ਸਾਡੇ ਪਿੰਡ ਦੇ ਲੋਕਾਂ ਨੇ ਆਪਸੀ ਭਾਈਚਾਰੇ ਦੇ ਵਿੱਚ ਕਦੇ ਫਰਕ ਨਹੀਂ ਪਾਇਆ, ਕਦੇ ਵੀ ਕਿਸੇ ਪ੍ਰਕਾਰ ਦਾ ਸਾਡੇ ਪਿੰਡ ਧਾਰਮਿਕ ਜਿਹੜਾ ਮਸਲਾ ਹੈ ਉਹ ਨਹੀਂ ਸੀ ਬਣਿਆ। ਤੁਸੀਂ
ਗੁਰੂ ਘਰ ਬਣਾਉਣ ਦੀ ਚਾਹਤ ਦੇ ਵਿੱਚ, ਇੱਕ ਪੂਜਾ ਇਕੱਠੀ ਕਰਨ ਦੀ ਚਾਹਤ ਦੇ ਵਿੱਚ, ਨਵਾਂ ਸਿਸਟਮ ਅਪਣਾਉਣ ਦੇ ਚਾਹਤ ਦੇ ਵਿੱਚ ਤੁਸੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਲੇ ਲਾ ਕੇ ਰੱਖ ਲਿਆ। ਹੁਣ ਰਹੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਉਣ ਵਾਲੀ, ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਦੇ ਪਿਤਾ ਸਮਾਨ, ਸਾਡੇ ਪਿਤਾ ਨੇ ਪਿਤਾ ਮੰਨਦੇ ਹਾਂ। ਜਿਹੜਾ ਤੁਸੀਂ ਪਰਚਾ ਸਾਡੇ 'ਤੇ ਦਰਜ ਕਰਾ ਰਹੇ ਹੋ ਜਾਂ ਸਾਡੇ ਇਹਨਾਂ ਲੋਕਾਂ 'ਤੇ ਕਰਾ ਰਹੇ ਹੋ, ਉਹਨਾਂ ਜਦੋਂ ਤੁਸੀਂ ਉਹਨਾਂ 'ਤੇ ਕਰਾਉਂਗੇ ਅਸੀਂ ਵੀ ਵਿੱਚ ਹੀ ਆਵਾਂਗੇ, ਸਾਡਾ ਸਾਰਾ ਪਿੰਡ ਆਊਗਾ ਉਹਦੇ ਵਿੱਚ। ਜਿਹੜਾ ਤੁਸੀਂ ਪਰਚਾ ਕਰਾ ਰਹੇ ਹੋ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਵੀ ਪੁੱਛਣਾ ਚਾਹੁੰਦੇ ਹਾਂ, ਮੇਰੇ ਪਿਓ ਨੂੰ ਕੋਈ ਆਪਦੇ ਘਰ ਲਿਜਾ ਕੇ ਜਿੰਦਿਆਂ ਦੇ ਵਿੱਚ ਬੰਨ੍ਹ ਕੇ ਰੱਖ ਲਏ, ਤਾਲੇ ਲਾ ਕੇ ਰੱਖ ਲਏ, ਤਾਂ ਉਸ ਪਿਓ ਨੂੰ ਛੁਡਾ ਕੇ ਲੈ ਕੇ ਆਉਣ 'ਤੇ ਕੀ ਮੇਰੇ 'ਤੇ ਪਰਚਾ ਹੋਣਾ ਚਾਹੀਦਾ, ਜਾਂ ਪਰਚਾ ਬਾਬਾ ਜੀ ਤੁਹਾਡੇ 'ਤੇ ਹੋਣਾ ਚਾਹੀਦਾ ਸੀ? ਜੇ ਤੁਹਾਡੇ ਘਰ ਆ ਕੇ ਤਾਲਾ ਤੋੜਤਾ, 452 ਤੁਸੀਂ ਲਵਾ ਰਹੇ ਹੋ, 52 ਲੱਗ ਸਕਦੀ ਹੈ, ਠੀਕ ਆ ਲੱਗ ਜੀ, ਕੋਈ ਗੱਲ ਨਹੀਂ, ਪਰ ਮੇਰੇ ਪਿਓ ਨੂੰ ਤੁਸੀਂ ਤਾਲਿਆਂ ਦੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਤਾਂ ਤੁਹਾਡੇ 'ਤੇ ਕਿਹੜੀ ਧਾਰਾ ਲੱਗਣੀ ਚਾਹੀਦੀ ਆ? ਤੁਸੀਂ ਸਾਡੇ ਪਿਓ ਨੂੰ ਤਾਲੇ ਲਾ ਕੇ ਰੱਖੋ, ਕਿਡਨੈਪ ਕਰਕੇ ਰੱਖੋ, ਬੰਨ੍ਹ ਕੇ ਰੱਖੋ, ਤਾਂ ਫਿਰ ਤੁਹਾਡੇ 'ਤੇ ਕਿਉਂ ਨਾ ਅਸੀਂ ਕਾਰਵਾਈ ਕਰਾਈਏ? ਬਾਬਾ ਜੀ ਆਪਦੀ ਪੀੜ੍ਹੀ ਥੱਲੇ ਸੋਟਾ ਫੇਰੋ। ਤੁਸੀਂ ਹਰ ਇੱਕ ਗੱਲ ਦੇ ਵਿੱਚ, ਜੇ ਅਸੀਂ ਇਸ ਮਸਲੇ ਦੇ ਵਿੱਚ ਆ ਗਏ, ਕਿਉਂਕਿ ਸਾਡੇ ਪਿੰਡ ਬੜਾ ਸਧਾਰਨ ਪਿੰਡ ਆ, ਸਧਾਰਨ ਲੋਕ ਨੇ, ਇਹ ਇੱਥੋਂ ਤੱਕ ਨਹੀਂ ਆਉਂਦੇ, ਪਰ ਤੁਸੀਂ ਕੀ ਕੀਤਾ, ਤੁਸੀਂ ਸਿਰਫ ਇੱਕ ਚੀਜ਼ ਨੂੰ ਸਮਝ ਲਿਆ ਵੀ ਕੋਈ ਗੱਲ ਨਹੀਂ, ਵੀ ਇੱਥੇ ਕਿਹੜਾ ਕੋਈ ਬੋਲਣ ਵਾਲਾ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਰੱਖ ਲਿਆ, ਦੱਬ ਲਿਆ, ਅਤੇ ਮੈਂ ਆਪਦਾ ਢਮ ਢਮਾ ਚਲਾਈ ਜਾਊਂਗਾ। ਬਾਬਾ ਜੀ ਤੁਸੀਂ ਧਰਮ ਪ੍ਰਚਾਰ ਕਰਨਾ ਜੀ ਸਦਕੇ ਕਰੋ, ਧਰਮ ਪ੍ਰਚਾਰ ਕਰਨ ਲਈ ਚਾਰੇ ਗੁਰਦੁਆਰਾ ਸਾਹਿਬ ਸਾਡੇ ਖੁੱਲ੍ਹੇ ਨੇ, ਕਿਸੇ ਨੂੰ ਕੋਈ ਮਨ੍ਹਾ ਨਹੀਂ ਹੈ, ਤੁਸੀਂ ਆਓ, ਪੂਰਨਮਾਸੀ ਮਨਾਉਣੀ ਹੈ, ਜਿਹੜੇ ਮਰਜ਼ੀ ਗੁਰੂ ਘਰ ਰੱਖੋ ਪ੍ਰੋਗਰਾਮ, ਤੁਸੀਂ ਕਿਸੇ ਵੀ ਕਮੇਟੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਓ, ਅਤੇ ਸਤਿਕਾਰ ਸਾਹਿਬ ਲੈ ਕੇ ਆਓ, ਅਤੇ ਸਤਿਕਾਰ ਸਾਹਿਬ ਛੱਡ ਕੇ ਆਓ, ਅਤੇ ਜਿਹੜੇ ਪੂਜਾ ਦੇ ਪੈਸੇ ਹੈ, ਜਿਹੜੀਆਂ ਸਾਡੀਆਂ ਦੂਜੀਆਂ ਕਮੇਟੀਆਂ, ਸਾਡੀ ਇਸ ਕਮੇਟੀ ਨੇ ਨਹੀਂ ਕਦੇ ਤੁਹਾਡੇ 'ਤੇ ਕੋਈ ਇਤਰਾਜ਼ ਕੀਤਾ ਜਿਹਦੇ ਨਾਲ ਤੁਸੀਂ ਪੰਗੇ ਲੈ ਰਹੇ ਹੋ, ਦੂਜੀਆਂ ਕਮੇਟੀਆਂ ਦੀ ਇਹ ਪਹਿਲਾਂ ਹੀ ਉਹਨਾਂ ਨੇ ਮਤੇ ਪਾਏ ਹੋਏ ਆ ਵੀ ਜਿਹੜੇ ਪੂਜਾ ਦੇ ਪੈਸੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਜਾਣਗੇ, ਜਿਹੜੀ ਉਹਨਾਂ ਦੀ ਮੱਥਾ ਟਿਕਾਈ ਹੋਊਗੀ, ਜਿੱਥੇ ਅਸੀਂ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਾਂ, ਤਾਂ ਉਹ ਸਾਰੇ ਪੈਸੇ ਗੁਰੂ ਘਰ ਜਾਣਗੇ, ਦੇ ਦਿਓ। ਦੇਖਦੇ ਹਾਂ ਤੁਸੀਂ ਧਰਮ ਪ੍ਰਚਾਰ ਕਿੰਨੇ ਦਿਨ ਕਰਦੇ ਹੋ। ਇਸੇ ਮਸਲੇ ਦੇ ਨਾਲ ਕਦੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਜਾ ਕੇ ਇਹਨਾਂ ਦੀ ਸ਼ਿਕਾਇਤ ਕਰ ਦਿੰਦੇ ਹੋ, ਕਦੇ ਤੁਸੀਂ ਕੋਈ ਧਾਰਮਿਕ ਨੁਮਾਇੰਦਿਆਂ ਕੋਲ ਸ਼ਿਕਾਇਤ ਕਰਦੇ ਹੋ। ਮੈਂ ਨਾਲ ਉਹਨਾਂ ਫੇਸਬੁੱਕੀ ਵਿਦਵਾਨਾਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਬਾਈ ਜੀ ਮਸਲਾ ਸਾਡੇ ਪਿੰਡ ਦਾ, ਸਾਡੇ ਪਿੰਡ ਆ ਕੇ ਪੂਰੀ ਗੱਲ ਪੂਰੀ ਜਾਣਕਾਰੀ ਜ਼ਰੂਰ ਲਵੋ, ਉਸ ਤੋਂ ਬਾਅਦ ਹੀ ਤੁਸੀਂ ਇਸ ਵੀਡੀਓ 'ਤੇ ਜਾਏ ਬਾਬਾ ਜੀ ਦੇ ਗੱਲ 'ਤੇ ਕਮੈਂਟ ਕਰੋ। ਮੇਰਾ ਕਨੈਕਸ਼ਨ ਸ਼ਾਇਦ ਕੱਟ ਜਾਂਦਾ ਵਿੱਚ ਦੀ, ਇਸ ਕਰਕੇ ਮੈਨੂੰ ਲਾਈਵ ਦੇ ਵਿੱਚ ਥੋੜ੍ਹੀ ਦਿੱਕਤ ਆ ਰਹੀ ਹੈ, ਫਿਰ ਉਸ ਤੋਂ ਬਾਅਦ ਗੱਲ ਕਰੋ।
ਤੁਸੀਂ ਸੰਤ ਜੀ, ਵੈਸੇ ਕਹਿਣ ਨੂੰ ਜੀ ਨਹੀਂ ਕਰਦਾ, ਸਤਿਕਾਰਯੋਗ ਹੋ, ਵੱਡੀ ਉਮਰ ਦੇ ਹੋ, ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਤੁਸੀਂ ਵਿਵਾਦ ਖੜ੍ਹਾ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਆਮ ਆਦਮੀ ਪਾਰਟੀ ਤੁਹਾਡੇ ਨਾਲ ਹੈ, ਤੁਸੀਂ ਕਹਿ ਰਹੇ ਹੋ ਕਾਂਗਰਸ ਪਾਰਟੀ ਤੁਹਾਡੇ ਨਾਲ ਹੈ, ਤੁਸੀਂ ਕਹਿ ਰਹੇ ਹੋ ਅਕਾਲੀ ਦਲ ਤੁਹਾਡੇ ਨਾਲ ਹੈ, ਤੁਸੀਂ ਕਹਿ ਰਹੇ ਹੋ ਲੱਖਾ ਸਿਧਾਣਾ ਤੁਹਾਡੇ ਨਾਲ ਹੈ, ਤੁਸੀਂ ਕਹਿ ਰਹੇ ਹੋ ਅਕਾਲੀ ਦਲ ਅੰਮ੍ਰਿਤਸਰ ਤੁਹਾਡੇ ਨਾਲ ਹੈ, ਅਕਾਲੀ ਦਲ ਫਤਿਹ ਤੁਹਾਡੇ ਨਾਲ ਹੈ। ਸਾਡੇ ਪਿੰਡ ਦੇ ਵਿੱਚ 400 ਤੋਂ 500 ਘਰ ਹੈ, ਜਿਹਦੇ ਵਿੱਚੋਂ 12-13 ਘਰ ਤੁਹਾਡੇ ਨਾਲ ਹੋਣਗੇ, ਅਤੇ ਬਾਕੀ ਸਾਰੇ ਘਰ ਸਾਰੀਆਂ ਪਾਰਟੀਆਂ ਨਾਲ ਜੁੜੇ ਹੋਏ ਆ। ਔਰ ਜਿਹੜਾ ਤੁਸੀਂ ਪਰਚਾ ਕਰਾਇਆ, ਉਹ ਮੁੰਡਾ ਮੇਰੇ ਖਿਆਲ ਵੋਟ ਵੀ ਆਮ ਆਦਮੀ ਪਾਰਟੀ ਨੂੰ ਪਾਈ ਹੋਊਗੀ, ਜਾਂ ਉਹ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ। ਇੱਥੇ ਪਾਰਟੀਆਂ ਦਾ ਮਸਲਾ ਨਹੀਂ ਹੈ, ਮਸਲਾ ਧਾਰਮਿਕ ਹੈ, ਮਸਲਾ ਸਾਡੀ ਭਾਵਨਾ ਨਾਲ ਜੁੜਿਆ ਹੋਇਆ, ਮਸਲਾ ਸਾਡੇ ਪਿਓ ਦਾ ਹੈ। ਅਤੇ ਰਹੀ ਗੱਲ ਗੁਰਦੁਆਰਾ ਸਾਹਿਬ ਬਣਾਉਣ ਦੀ, ਤੁਸੀਂ ਸ਼ੁਰੂ ਤੋਂ ਲੈ ਕੇ, ਕਿਉਂਕਿ ਤੁਸੀਂ ਸ਼ੁਰੂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਲੈ ਕੇ ਆਏ, ਉਸ ਤੋਂ ਬਾਅਦ ਅਸੀਂ ਇਤਰਾਜ਼ ਸਾਡੇ ਸਾਰੇ ਪਿੰਡ ਨੇ ਕੀਤਾ, ਅਸੀਂ ਤਾਂ ਖੈਰ ਛੋਟੇ ਸੀ, ਨਹੀਂ ਸਾਨੂੰ ਇੰਨਾ ਪਤਾ ਹੋਣਾ। ਉਸ ਤੋਂ ਬਾਅਦ ਸਮਝੌਤਾ ਹੋ ਗਿਆ ਵੀ ਚਲੋ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਗੁਰਦੁਆਰਿਓਂ ਦੇ ਦਿਆ ਕਰਾਂਗੇ, ਤੁਸੀਂ ਲੈ ਜਾਂਦੇ ਸੀ, ਛੱਡ ਜਾਂਦੇ ਸੀ, ਉਸ ਤਹਿਤ ਕਦੇ ਕੋਈ ਦਿੱਕਤ ਨਹੀਂ ਆਈ। ਪਰ ਪਿਛਲੇ  3 ਮਹੀਨੇ ਤੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੰਦੀ ਬਣਾ ਕੇ ਜਿਹੜਾ ਆਪਦੇ ਉੱਥੇ ਰੱਖਿਆ, ਤੁਸੀਂ ਕਹਿ ਰਹੇ ਹੋ ਵੀ ਇਹ ਬਿਨਾਂ ਮਰਿਆਦਾ ਤੋਂ ਲੈ ਗਏ। ਬਾਬਾ ਜੀ, ਜਿਹੜੇ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਗਏ ਨੇ, ਉਹ ਪੂਰੇ ਦੇ ਪੂਰੇ ਪਰਿਵਾਰ ਗੁਰਸਿੱਖ ਪਰਿਵਾਰ ਨੇ, ਮਰਿਆਦਾ ਨੂੰ ਪੂਰੀ ਚੰਗੀ ਤਰ੍ਹਾਂ ਜਾਣਦੇ ਨੇ। ਅਤੇ ਪਿਛਲੇ, ਮੇਰੀ 40 ਸਾਲ ਦੀ ਉਮਰ ਹੋ ਗਈ ਹੈ, 40 ਸਾਲ ਤੋਂ ਲਗਾਤਾਰ ਗੁਰੂ ਘਰ ਸਵੇਰੇ ਆਉਣ ਵਾਲੇ ਅਤੇ ਸ਼ਾਮ ਨੂੰ ਹਾਜ਼ਰੀ ਲਵਾਉਣ ਵਾਲੇ। ਤੁਸੀਂ ਕੱਲੀਆਂ ਫੋਕੀਆਂ ਗੱਲਾਂ ਕਰਦੇ ਹੋ, ਫਿਰ ਤੁਸੀਂ ਕਹਿੰਦੇ ਹੋ ਪਰਸਨਲ ਅਟੈਕ ਨਾ ਕਰੋ। ਪਰਸਨਲ ਅਟੈਕ ਕੋਈ ਨਹੀਂ ਕਰਦਾ, ਪਰ ਜੇ ਤੁਸੀਂ ਹਰਕਤਾਂ ਅਜਿਹੀਆਂ ਕਰੋਗੇ ਤਾਂ ਉਸ ਤੋਂ ਬਾਅਦ ਆਪਾਂ ਪਰਸਨਲ ਉਹਨਾਂ ਤੱਕ ਹੀ ਨਹੀਂ ਕਰਦੇ ਜਿੰਨਾ ਤੱਕ ਤੁਸੀਂ ਖੁਦ ਪਰਸਨਲ ਕਿਸੇ ਗੱਲ 'ਤੇ ਨਹੀਂ ਆਉਂਦੇ। ਅਸੀਂ ਸਤਿਕਾਰ ਤਹਿਤ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਸਤਿਕਾਰ ਸਹਿਤ ਤੁਸੀਂ ਕਰ ਰਹੇ ਹੋ। ਜਿਸ ਦਿਨ ਤੁਸੀਂ ਟਿੱਪਾ ਟੱਪਣੀ ਵਿੱਚ ਤੂੰ ਤੜਿਕ ਕੀਤੀ, ਉਸ ਦਿਨ ਅਸੀਂ ਉਸੇ ਭਾਸ਼ਾ ਦੇ ਵਿੱਚ ਤੁਹਾਨੂੰ ਜਵਾਬ ਦੇਵਾਂਗੇ। ਬਾਬਾ ਜੀ, ਗੁਰਦੁਆਰਾ ਸਾਹਿਬ ਸਾਡੇ ਪਿੰਡ ਦੇ ਵਿੱਚ 4 ਪਹਿਲਾਂ ਹੀ ਹੈਗੇ ਨੇ, ਅਤੇ ਅੱਜ ਸਾਨੂੰ ਲੋੜ ਹੈ ਸਿਹਤ ਸਹੂਲਤਾਂ ਦੀ, ਲੋੜ ਹੈ ਸਾਨੂੰ ਐਜੂਕੇਸ਼ਨ ਦੀ। ਸਾਨੂੰ ਨਵੇਂ ਗੁਰਦੁਆਰਾ ਸਾਹਿਬ ਦੀ ਕੋਈ ਜ਼ਰੂਰਤ ਨਹੀਂ ਹੈ, ਅਤੇ ਨਾ ਹੀ ਅਸੀਂ ਪਿੰਡ ਦੇ ਵਿੱਚ ਹੁਣ ਇਹ ਗੁਰਦੁਆਰਾ ਸਾਹਿਬ ਬੰਨ ਦੇਣਾ। ਤੁਸੀਂ ਆਪਦੀ ਜ਼ੋਰ ਅਜਮਾਇਸ਼ ਕਰ ਲਓ, ਜਿੰਨੀ ਕੁ ਸਾਡੇ ਤੋਂ ਜ਼ੋਰ ਅਜਮਾਇਸ਼ ਹੋਈ, ਜਿੰਨੀ ਕੁ ਸਾਡੇ 'ਚ ਗੁਰੂ ਸਾਹਿਬ ਨੇ ਸਾਨੂੰ ਬਲ ਬਖਸ਼ਿਆ, ਜਿੰਨਾ ਕੁ ਸਾਡੇ ਦੇ ਵਿੱਚ ਸਮਰੱਥਾ ਹੋਈ ਇੰਨੀ, ਉਨਾ ਕੁ ਅਸੀਂ ਇਹ ਗੁਰਦੁਆਰਾ ਸਾਹਿਬ ਬਣਨ ਤੋਂ ਰੋਕਾਂਗੇ। ਸਾਡੇ ਪਿੰਡ ਦੇ ਵਿੱਚ ਪਹਿਲਾਂ ਹੀ 4 ਗੁਰਦੁਆਰਾ ਸਾਹਿਬ ਹੈਗੇ ਆ, ਅਤੇ ਸਾਰੇ ਲੋਕ ਸਾਡੇ ਸਿੱਖ ਸ਼ਰਧਾਲੂ ਨੇ, ਔਰ ਸਾਰਿਆਂ ਦੇ ਮਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਮਤਲਬ ਇੰਨਾ ਪਿਆਰ ਹੈ ਜਿੰਨਾ ਅਸੀਂ ਦੱਸ ਨਹੀਂ ਸਕਦੇ।
ਤੁਸੀਂ ਧਰਮ ਪ੍ਰਚਾਰ ਕਮਰਸ਼ੀਅਲ ਕਰਦੇ ਹੋ, ਪੈਸੇ ਲੈ ਕੇ ਕਰਦੇ ਹੋ ਅਤੇ ਪੈਸਿਆਂ ਵਾਸਤੇ ਕਰਦੇ ਹੋ। ਸਾਡੇ ਪਿੰਡ ਗੁਰੂ ਘਰ ਦੀ ਕਮੇਟੀ, ਜਿਹੜੇ ਗੁਰੂ ਘਰ ਨਾਲ ਤੁਸੀਂ ਮੱਥਾ ਲਾਇਆ, ਇੱਕ ਵੀ ਰੁਪਈਆ ਨਾ ਕਿਸੇ ਪਾਠ ਪ੍ਰਕਾਸ਼ ਦਾ ਕਰ ਲੈਂਦੇ ਆ, ਨਾ ਕਿਸੇ ਅਖੰਡ ਪਾਠ ਸਾਹਿਬ ਦਾ ਲੈਂਦੇ ਆ, ਨਾ ਕਿਸੇ ਸਹਿਜ ਪਾਠ ਸਾਹਿਬ ਦਾ ਲੈਂਦੇ ਆ, ਨਾ ਕਿਸੇ ਜੇ ਸੁਖਮਨੀ ਸਾਹਿਬ ਕਰਾਉਣਾ ਹੋਵੇ ਉਹਦਾ ਕੋਈ ਪੂਜਾ ਲੈਂਦੇ ਆ, ਔਰ ਫੀਡੀ ਪਾਠੀ ਸਿੰਘ ਜਿਹੜੇ ਆ ਸਾਡੇ ਜਾਪ ਕਰਦੇ ਆ। ਤੁਹਾਡਾ ਕਮਾਈ ਦਾ ਸਾਧਨ ਹੈ, ਜੀ ਸਦ ਕੇ ਕਰੋ। ਗੁਰੂ ਗ੍ਰੰਥ ਸਾਹਿਬ ਲੈ ਕੇ ਆਉਣਾ ਹੈ, ਜੀ ਸਦ ਕੇ ਆਪਦੇ ਸਕੂਲ ਵਿੱਚ ਲੈ ਕੇ ਆਓ, ਪਰ ਉਹਨੂੰ ਸਤਿਕਾਰ ਸਹਿਤ ਵਾਪਸ ਜਿਹੜੇ ਵੀ ਗੁਰੂ ਘਰੋਂ ਲੈ ਕੇ ਆਉਣੇ ਉੱਥੇ ਛੱਡ ਕੇ ਆਓ। ਜੇ ਤੁਸੀਂ ਇਹ ਕੋਸ਼ਿਸ਼ ਕਰੋਗੇ ਵੀ ਅਸੀਂ ਗੁਰਦੁਆਰਾ ਸਾਹਿਬ ਬਣਾਵਾਂਗੇ, ਤਾਂ ਤੁਸੀਂ ਜ਼ੋਰ ਲਾ ਲਓ ਸਾਰਾ ਪਿੰਡ, ਤਾਂ ਪਿੰਡ ਇੱਕ ਪਾਸੇ ਆ ਬਾਬਾ ਜੀ, ਤੁਸੀਂ ਇੱਕ ਪਾਸੇ ਹੋ ਅਤੇ ਅਸੀਂ ਪਿੰਡ ਦੇ ਨਾਲ ਹਾਂ। ਉਸ ਤੋਂ ਬਾਅਦ ਤੁਸੀਂ ਗੱਲ ਕਰਦੇ ਹੋ ਵੀ ਜਿਹੜੇ ਸਰਦਾਰ ਬਲਕੌਰ ਸਿੰਘ ਦੇ ਸੱਜੇ ਖੱਬੇ ਨੇ, ਸੱਜੇ ਖੱਬੇ ਅਸੀਂ ਹੈਗੇ ਹਾਂ, ਸਰਦਾਰ ਬਲਕੌਰ ਸਿੰਘ ਦੇ ਨਾਲ ਹਮਦਰਦੀ ਹੈ, ਉਹਨਾਂ ਦਾ ਜਵਾਨ ਪੁੱਤ ਗਿਆ, ਇਸ ਲਈ ਉਹਨਾਂ ਦੇ ਨਾਲ ਖੜ੍ਹੇ ਹਾਂ, ਪਰ ਉਹ ਇਸ ਮਸਲੇ ਦੇ ਵਿੱਚ ਨਹੀਂ, ਉਹਨਾਂ ਦਾ ਕੋਈ ਮਸਲਾ ਨਹੀਂ ਹੈ, ਤੁਸੀਂ ਜਾਣ ਬੁੱਝ ਕੇ ਉਹਨਾਂ ਨੂੰ ਇਹਦੇ ਵਿੱਚ ਲੈ ਕੇ ਆਉਣਾ। ਅਤੇ ਰਹੀ ਗੱਲ ਪਿੰਡ ਦੇ ਸਰਪੰਚ ਨੇ, ਜਦੋਂ ਪਿੰਡ ਦਾ ਕੋਈ ਮਸਲਾ ਹੋਵੇ ਤਾਂ ਪਿੰਡ ਦੇ ਲੋਕ ਉਹਨਾਂ ਕੋਲ ਜਾਣਗੇ ਅਤੇ ਉਹਨਾਂ ਨੂੰ ਗੱਲ ਜਿਹੜੀ ਸੱਚੀ ਹੈ ਉਹ ਕਰਨੀ ਪੈਣੀ ਹੈ, ਅਤੇ ਉਹ ਕਰਦੇ ਆ ਬਿਨਾਂ ਮਤਲਬ। ਤੁਸੀਂ ਜਿਹੜਾ ਉਹਨਾਂ ਦਾ ਨਾਮ ਲੈਂਦੇ ਹੋ ਹਰ ਇੱਕ ਗੱਲ ਦੇ ਵਿੱਚ, ਉਹ ਲਈ ਜਾਓ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੇਰਾ ਮੈਂ ਤੁਹਾਨੂੰ ਸਪਸ਼ਟ ਦੇ ਦਿੰਦਾ, ਦੱਸ ਦਿੰਦਾ ਕਿ ਮੇਰਾ ਬਲਕੌਰ ਸਿੰਘ ਜੀ ਦੇ ਇਸ ਮਸਲੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ। ਮੇਰਾ ਮਸਲਾ ਨਿੱਜੀ ਹੈ, ਗੁਰੂ ਘਰ ਮੇਰਾ ਨਿੱਜੀ ਹੈ, ਮੇਰਾ ਗੁਰੂ ਘਰ ਦੇ ਬਿਲਕੁਲ ਗੇਟ 'ਤੇ ਗੇਟ ਹੈ, ਮੰਨ ਲਓ ਤੁਸੀਂ ਤਾਂ ਅਜੇ 1-1.5 ਕਿਲੋਮੀਟਰ ਦੂਰ ਬੈਠੇ ਹੋ, ਮੇਰੇ ਤੋਂ ਸਿਰਫ 20-30 ਮੀਟਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਸਾਹਮਣੇ ਨੇ, ਅਤੇ ਗੁਰਦੁਆਰਾ ਸਾਹਿਬ ਸਾਡੇ 10 ਮੀਟਰ 'ਤੇ ਸਾਡੇ ਸਾਹਮਣੇ ਦੀਵਾਰ ਹੈ। ਮੈਂ ਦਿਨ ਰਾਤ ਮੰਨਦਾ ਰਹੂੰਗਾ, ਔਰ ਉਸੇ ਗੁਰਦੁਆਰਾ ਸਾਹਿਬ ਤੋਂ ਪ੍ਰੇਰਿਤ ਹੋ ਕੇ ਅਸੀਂ ਵੀ ਦਾੜ੍ਹੀ ਕੇਸ ਰੱਖੇ ਹੋਏ ਆ। ਸਾਨੂੰ ਕਿਸੇ ਧਰਮ ਪ੍ਰਚਾਰ ਲਹਿਰ ਨੇ ਨਹੀਂ ਸਿਖਾਇਆ, ਸਾਨੂੰ ਕਿਸੇ ਹੋਰ ਕਿਸੇ ਸੰਸਥਾ ਨੇ ਨਹੀਂ ਸਿਖਾਇਆ, ਸਾਨੂੰ ਜੋ ਗਿਆਨ ਹੈ ਇਸੇ ਗੁਰੂ ਘਰ ਤੋਂ ਮਿਲਿਆ। ਬਾਬਾ ਜੀ, ਨਾਲ ਹੀ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ, ਜਿਹੜੀਆਂ ਤੁਸੀਂ ਭਤੀਜੀਆਂ ਇਹ ਕਰ ਰਹੇ ਹੋ, ਇਹਦੇ ਨਾਲ ਪਿੰਡ ਦਾ ਜਿਹੜਾ ਮਾਹੌਲ ਆ ਉਹ ਖਰਾਬ ਹੁੰਦਾ। ਤੁਸੀਂ 1-2 ਬੰਦਿਆਂ ਨੂੰ ਲਾਈਵ ਕਿਸੇ ਨਾ ਕਿਸੇ ਦੀ ਵੀਡੀਓ ਬਣਾ ਕੇ ਤੁਸੀਂ ਪਾ ਰਹੇ ਹੋ, ਜੀ ਮੈਂ ਆ ਮੂਸੇ ਤੋਂ ਬੋਲ ਰਿਹਾ, ਮੂਸੇ ਤੋਂ ਉਹ ਭਾਈ ਸਾਹਿਬ ਬਿਲਕੁਲ ਮੂਸੇ ਦੇ ਨੇ, 2 ਜਾਂ 3 ਜਿਹਦੀ ਤੁਸੀਂ ਵੀਡੀਓ ਬਣਾਈ ਹੈ। ਕੱਲ੍ਹ ਨੂੰ ਸਵੇਰੇ 7 ਵਜੇ ਪਿੰਡ ਇਕੱਠ ਰੱਖਿਆ, ਅਤੇ ਮੈਂ ਇਸੇ ਫੋਨ ਤੋਂ ਦੁਬਾਰਾ ਫਿਰ ਲਾਈਵ ਹੋਊਂਗਾ ਆਪਦੇ ਪੇਜ ਤੋਂ ਸਵੇਰੇ 7 ਵਜੇ, ਅਤੇ ਮੈਂ ਲਾਈਵ ਦੇ ਵਿੱਚ ਸਾਰੇ ਜਿੰਨੇ ਯਾਰ ਦੋਸਤ ਮਿੱਤਰ ਆ ਸਾਰਿਆਂ ਨੂੰ ਦਿਖਾਊਂਗਾ ਵੀ ਕਿੰਨੇ ਲੋਕ ਇਸ ਗੁਰੂ ਘਰ ਬਣਨ ਦੇ ਖਿਲਾਫ ਨੇ ਔਰ ਕਿੰਨੇ ਲੋਕ ਇਸ ਬਾਬਾ ਜੀ ਦੇ ਖਿਲਾਫ ਨੇ। ਬਾਬਾ ਜੀ, ਮਸਲਾ ਗੁਰੂ ਗ੍ਰੰਥ ਸਾਹਿਬ ਜੀ ਦਾ,
ਤੁਸੀਂ ਕਹਿੰਦੇ ਪਰਸਨਲ ਅਟੈਕ ਨਾ ਕਰੋ, ਪਰਸਨਲ ਅਟੈਕ ਅਸੀਂ ਨਹੀਂ ਕਰਦੇ, ਪਰਸਨਲ ਸਾਨੂੰ ਬਹੁਤ ਕੁਛ ਪਤਾ ਕਿਹੜੇ ਕਿਹੜੇ ਪਿੰਡੋਂ ਕੀ ਹੋਇਆ, ਕਿਵੇਂ ਕਿਵੇਂ ਹੋਇਆ, ਉਹ ਗੱਲ ਅਸੀਂ ਉਦੋਂ ਕਰਾਂਗੇ ਜਦੋਂ ਤੁਸੀਂ ਅੱਗੇ ਵਧੋਗੇ। ਸਿਰਫ ਸਾਡਾ ਮਕਸਦ ਇੰਨਾ ਹੀ ਆ ਵੀ ਸਾਡੇ ਪਿੰਡ ਦਾ ਮਸਲਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਕੈਦ ਕਰਕੇ ਰੱਖਿਆ ਹੋਇਆ ਸੀ, ਸਾਡੇ ਪਿੰਡ ਦੇ ਸਿੰਘ ਸਾਰੇ ਪਿੰਡ ਨੇ ਇਕੱਠਾ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਹਾਡੇ ਤੋਂ ਆਜ਼ਾਦ ਕਰਾਇਆ, ਆਜ਼ਾਦ ਕਰਾ ਕੇ ਉਹਨਾਂ ਨੂੰ ਗੁਰੂ ਘਰ ਲੈ ਕੇ ਆਇਆ। ਤੋ ਸਾਡਾ ਗੁਰੂ ਗ੍ਰੰਥ ਸਾਹਿਬ ਸੀ, ਅਸੀਂ ਆਪਦੇ ਗੁਰੂ ਘਰ ਲੈ ਆਏ। ਪਰਚਾ ਇੱਕ ਦੀ ਬਜਾਏ ਤੁਸੀਂ 15 ਦਿਓ, ਜੀ ਸਦ ਕੇ ਦਿਓ, ਅਤੇ ਹੋ ਸਕਦਾ ਜਿਹੜੇ ਮਰਜ਼ੀ ਪਰਚਿਆਂ ਦੇ ਵਿੱਚ, ਹੋ ਸਕਦਾ ਮੇਰਾ ਭਰਾ ਕੋਈ ਡਰ ਜੇ, ਮੈਨੂੰ ਕੋਈ ਡਰ ਨਹੀਂ, ਚਾਹੇ ਮੇਰਾ 10 ਪਰਚਿਆਂ ਦੇ ਵਿੱਚ ਮੇਰਾ ਵੀ ਨਾਮ ਲਿਖਾ ਦਿਓ। ਸਾਡੇ ਪਿਓ ਦਾ ਮਸਲਾ, ਸਾਡੇ ਪਿਓ ਦੀ ਇੱਜ਼ਤ ਦਾ ਮਸਲਾ ਹੈ, ਗੁਰੂ ਗ੍ਰੰਥ ਸਾਹਿਬ ਸਾਡਾ ਪਿਓ ਹੈ, ਅਤੇ ਪਿਓ ਨੂੰ ਜੇ ਕੋਈ ਬੰਨ੍ਹ ਕੇ ਰੱਖੇ ਤਾਂ ਅਸੀਂ ਇਹੋ ਜਿਹਾ ਕੰਮ ਨਹੀਂ ਕਰਨ ਦਿੰਦੇ।